ਅੰਮ੍ਰਿਤਪਾਲ ਸਿੰਘ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਅੰਮ੍ਰਿਤਪਾਲ ਸਿੰਘ ਨੂੰ ਜੇਲ੍ਹ ਦੇ ਅੰਦਰ ਡਿਬਰੂਗੜ੍ਹ ਜੇਲ੍ਹ ਦੇ ਅੰਦਰ ਕੁਝ ਚੀਜ਼ਾਂ ਐਸੀਆਂ ਮੁਹੱਈਆ ਕਰਵਾਈਆਂ ਗਈਆਂ ਜੋ ਕਿ ਪੁਲਿਸ ਦੀ ਜਾਣਕਾਰੀ ਦੇ ਵਿੱਚ ਸੀ। ਪੁਲਿਸ ਨੂੰ ਪਤਾ ਸੀ ਕਿ ਕੁਝ ਪੈਨ ਡਰਾਈਵਸ ਅਤੇ LED TV ਅੰਮ੍ਰਿਤਪਾਲ ਸਿੰਘ ਨੂੰ ਭੇਜੇ ਜਾ ਰਹੇ ਨੇ ਬਿਨਾਂ ਪੁਲਿਸ ਪ੍ਰਸ਼ਾਸਨ ਦੀ, ਜੇਲ੍ਹ ਪ੍ਰਸ਼ਾਸਨ ਦੀ ਅਨੁਮਤੀ ਤੋਂ ਬਗੈਰ, ਇਜਾਜ਼ਤ ਤੋਂ ਬਗੈਰ ਇਹ ਚੀਜ਼ਾਂ ਅੰਮ੍ਰਿਤਪਾਲ ਸਿੰਘ ਤੱਕ ਨਹੀਂ ਪਹੁੰਚ ਸਕਦੀਆਂ ਸੀ। ਤਾਂ ਪੁਲਿਸ ਦੀ ਜਾਣਕਾਰੀ ਦੇ ਵਿੱਚ ਸੀ ਕਿ ਅੰਮ੍ਰਿਤਪਾਲ ਸਿੰਘ ਤੱਕ ਕੁਝ ਚੀਜ਼ਾਂ ਮੁਹੱਈਆ ਕਰਵਾਈਆਂ ਗਈਆਂ ਨੇ। ਤਾਂ ਦੱਸ ਦਈਏ ਕਿ ਬੀਤੇ ਦਿਨ ਅੰਮ੍ਰਿਤਪਾਲ ਦੇ ਸੈੱਲ ਦੇ ਵਿੱਚੋਂ ਕੁਝ ਚੀਜ਼ਾਂ ਬਰਾਮਦ ਹੁੰਦੀਆਂ ਨੇ, ਜਿਨ੍ਹਾਂ ਦੇ ਵਿੱਚੋਂ ਸਮਾਰਟਫੋਨ, ਸਿਮ ਵਾਲਾ ਫੋਨ, ਖੁਫੀਏ ਕੈਮਰੇ ਵਾਲਾ ਪੈਨ, ਪੈਨ ਡਰਾਈਵ, ਬਲੂਟੂਥ ਹੈੱਡਫੋਨ, ਸਮਾਰਟ ਵਾਚ ਅਤੇ ਇੱਕ ਸਪੀਕਰ ਅਤੇ TV ਦਾ ਰਿਮੋਟ, ਇਹ ਸਭ ਕੁਝ ਅੰਮ੍ਰਿਤਪਾਲ ਸਿੰਘ ਦੀ ਬੈਰਕ ਦੇ ਵਿੱਚੋਂ ਬਰਾਮਦ ਕੀਤਾ ਗਿਆ। ਅਸਾਮ ਦੇ DGP ਦੇ ਵੱਲੋਂ ਖੁਦ ਟਵੀਟ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਅਤੇ ਉਹਨਾਂ ਦੇ ਵੱਲੋਂ ਇੱਕ ਤਸਵੀਰ ਵੀ ਸਾਂਝੀ ਕੀਤੀ ਗਈ ਸੀ ਜੋ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਤਾਂ ਦੱਸ ਦਈਏ ਕਿ ਇਹ ਸਭ ਕੁਝ ਚੀਜ਼ਾਂ ਉਸਦੇ ਬੈਰਕ ਦੇ ਵਿੱਚੋਂ ਬਰਾਮਦ ਹੋਈਆਂ ਸੀ, ਪਰ ਹੁਣ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਆ ਰਹੀ ਹੈ ਕਿ ਡਿਬਰੂਗੜ੍ਹ ਜੇਲ੍ਹ ਦੇ ਸੁਪਰੀਟੈਂਡੈਂਟ ਦੇ ਵੱਲੋਂ ਇੱਕ ਲੈਟਰ ਅੰਮ੍ਰਿਤਸਰ ਦਿਹਾਤੀ ਦੇ SSP ਨੂੰ ਭੇਜਿਆ ਗਿਆ। ਉਸ ਦੇ ਵਿੱਚ ਲਿਖਿਆ ਸੀ ਕਿ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਅੰਮ੍ਰਿਤਪਾਲ ਸਿੰਘ ਨੂੰ ਕੁਝ ਵੀ ਮੁਹੱਈਆ ਨਹੀਂ ਕਰਵਾਇਆ ਗਿਆ ਹੈ, ਪਰ ਲਿਖਤੀ ਰੂਪ ਦੇ ਵਿੱਚ ਕੁਝ ਨਿਊਜ਼ 18 ਦੇ ਕੋਲ ਇਹ ਦਸਤਾਵੇਜ਼ ਪਹੁੰਚੇ ਨੇ, ਲੈਟਰ ਪਹੁੰਚੇ ਨੇ, ਜਿਸ ਦੇ ਵਿੱਚ ਸਾਫ਼ ਸਾਫ਼ ਲਿਖਿਆ ਹੋਇਆ ਹੈ ਕਿ 15 ਮਈ 2023 ਨੂੰ ਇੱਕ ਸਮਾਰਟ TV ਅਤੇ ਕੁਝ ਪੈਨ ਡਰਾਈਵ ਜਿਸ ਦੇ ਵਿੱਚ ਸ਼ਬਦ ਕੀਰਤਨ ਸੀ ਉਹ ਅੰਮ੍ਰਿਤਪਾਲ ਸਿੰਘ ਨੂੰ ਮੁਹੱਈਆ ਕਰਵਾਈ ਗਈ ਅਤੇ ਦੂਸਰਾ LCD TV 13 ਅਕਤੂਬਰ 2023 ਨੂੰ ਦਿੱਤਾ ਗਿਆ ਅਤੇ ਇਸ ਦੇ ਨਾਲ ਹੀ ਅੰਮ੍ਰਿਤਪਾਲ ਸਿੰਘ ਨੂੰ ਇੱਕ ਪੈਨ ਡਰਾਈਵ, ਕੁਝ ਦਸਤਾਵੇਜ਼ ਅਤੇ ਅੰਮ੍ਰਿਤਪਾਲ ਸਿੰਘ ਦੇ 3 ਹੋਰ ਸਾਥੀਆਂ ਨੂੰ ਪੈਨ ਡਰਾਈਵ ਮੁਹੱਈਆ ਕਰਵਾਈਆਂ ਗਈਆਂ, ਜਿਨ੍ਹਾਂ ਦਾ ਨਾਮ ਇਸ ਲੈਟਰ ਦੇ ਵਿੱਚ ਲਿਖਿਆ ਹੋਇਆ ਹੈ। ਬਕਾਇਦਾ ਡੇਟ ਲਿਖੀ ਹੋਈ ਹੈ, ਦੇਖ ਸਕਦੇ ਹੋ ਤੁਸੀਂ, ਸਾਫ਼ ਸਾਫ਼ ਪੜ੍ਹ ਸਕਦੇ ਹੋ ਇਹਨਾਂ ਨੂੰ। ਇਸ ਦੇ ਵਿੱਚ ਸਾਫ਼ ਸਾਫ਼ ਲਿਖਿਆ ਹੈ ਕਿ ਅੰਮ੍ਰਿਤਪਾਲ ਸਿੰਘ ਨੂੰ 2 LCD TV, ਜਿਨ੍ਹਾਂ ਦੇ ਵਿੱਚੋਂ ਇੱਕ ਸਮਾਰਟ ਸੀ ਅਤੇ ਇੱਕ ਨੋਰਮਲ TV ਸੀ, ਅਤੇ ਕੁਝ ਪੈਨ ਡਰਾਈਵਸ ਮੁਹੱਈਆ ਕਰਵਾਈਆਂ ਗਈਆਂ ਨੇ। ਪਰ ਵੱਡਾ ਸਵਾਲ ਹੁਣ ਇਹ ਖੜ੍ਹਾ ਹੋ ਰਿਹਾ ਹੈ ਕਿ ਡਿਬਰੂਗੜ੍ਹ ਜੇਲ੍ਹ ਦੇ ਸੁਪਰੀਟੈਂਡੈਂਟ ਦੇ ਵੱਲੋਂ SSP ਅੰਮ੍ਰਿਤਸਰ ਨੂੰ ਇਹ ਕਿਉਂ ਲਿਖਿਆ ਗਿਆ ਕਿ ਪੁਲਿਸ ਨੇ ਕੁਝ ਵੀ ਅੰਮ੍ਰਿਤਪਾਲ ਸਿੰਘ ਹੋਰਾਂ ਨੂੰ ਪ੍ਰੋਵਾਈਡ ਨਹੀਂ ਕਰਵਾਇਆ, ਯਾਨੀ ਕਿ ਮੁਹੱਈਆ ਨਹੀਂ ਕਰਵਾਇਆ। ਹੁਣ ਵੱਡਾ ਸਵਾਲ ਖੜ੍ਹਾ ਹੋ ਰਿਹਾ ਹੈ ਕਿਉਂਕਿ ਬੀਤੇ ਕੱਲ੍ਹ ਦੇ ਵਿੱਚ DGP ਅਸਾਮ ਦੇ ਵੱਲੋਂ, ਜੋ ਕਿ ਅਸਾਮ ਦੇ DGP ਨੇ, ਉਹਨਾਂ ਦੇ ਵੱਲੋਂ ਖੁਦ ਟਵੀਟ ਕਰਕੇ ਜਾਣਕਾਰੀ ਦਿੱਤੀ ਗਈ ਸੀ, ਜਿਨ੍ਹਾਂ ਦੇ ਵਿੱਚ ਫੋਟੋ ਵੀ ਸੀ ਅਤੇ ਉਸ ਫੋਟੋ ਦੇ ਵਿੱਚ ਤੁਸੀਂ ਪੈਨ ਡਰਾਈਵ ਵੀ ਦੇਖ ਸਕਦੇ ਹੋ, ਬਲੂਟੂਥ ਹੈੱਡਫੋਨ ਵੀ ਦੇਖ ਸਕਦੇ ਹੋ। ਹਾਲਾਂਕਿ ਇਹ ਸਾਰੀਆਂ ਚੀਜ਼ਾਂ ਕਿੱਥੋਂ ਆਈਆਂ, ਕਿਵੇਂ ਆਈਆਂ, ਪਰ ਕੁਝ ਚੀਜ਼ਾਂ ਇਹਨਾਂ ਦੇ ਵਿੱਚੋਂ ਪੁਲਿਸ ਦੀ ਜਾਣਕਾਰੀ ਦੇ ਅੰਦਰ ਲਿਆਈਆਂ ਗਈਆਂ। ਪਰ ਪੁਲਿਸ ਇਸ ਗੱਲ ਤੋਂ, ਜੇਲ੍ਹ ਪ੍ਰਸ਼ਾਸਨ ਇਸ ਗੱਲ ਤੋਂ ਮੁੱਕਰਦਾ ਹੋਇਆ ਦਿਖਾਈ ਦੇ ਰਿਹਾ ਹੈ। ਪਰ ਇਹਨਾਂ ਲੈਟਰਾਂ ਦੇ ਵਿੱਚ ਸਾਫ਼ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਸਮਾਰਟ TV 15 ਮਈ 2023 ਨੂੰ ਲਿਆਂਦਾ ਗਿਆ, ਅਤੇ ਹਾਲਾਂਕਿ ਇਹ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਦੇ ਵੱਲੋਂ ਖਰੀਦ ਕੇ ਭੇਜਿਆ ਗਿਆ ਸੀ, ਪਰ ਇਜਾਜ਼ਤ ਪੁਲਿਸ ਦੀ ਜ਼ਰੂਰ ਇਸ ਦੇ ਵਿੱਚ ਸੀ, ਜਾਣਕਾਰੀ ਦੇ ਵਿੱਚ ਸੀ ਪੁਲਿਸ ਦੀ ਕਿ ਅੰਮ੍ਰਿਤਪਾਲ ਸਿੰਘ ਨੂੰ LCD TV ਅਤੇ ਪੈਨ ਡਰਾਈਵਸ ਮੁਹੱਈਆ, ਕੁਝ ਦਸਤਾਵੇਜ਼ ਜਿਹੜੇ ਨੇ ਕੁਝ 100 ਪੇਜਾਂ ਦੇ, ਉਹ ਵੀ ਮੁਹੱਈਆ ਕਰਵਾਏ ਜਾ ਰਹੇ ਨੇ ਅੰਮ੍ਰਿਤਪਾਲ ਸਿੰਘ ਅਤੇ ਉਸਦੇ ਸਾਥੀਆਂ ਦੇ ਵੱਲੋਂ। ਤਾਂ ਦੱਸ ਦਈਏ ਕਿ ਆਸਾਮ ਦੀ ਡਿਬਰੂਗੜ੍ਹ ਦੇ ਜੇਲ੍ਹ ਦੇ ਵਿੱਚ ਹੈ ਅੰਮ੍ਰਿਤਪਾਲ ਸਿੰਘ ਅਤੇ ਉਸਦੇ ਕੁਝ ਸਾਥੀ। ਹੁਣ ਲੋਕਾਂ ਦੇ ਵਿੱਚ ਵੱਡਾ ਸਵਾਲ ਇਹ ਖੜ੍ਹਾ ਹੋ ਰਿਹਾ ਹੈ ਕਿ ਕੀ
ਜੇਲ ਪ੍ਰਸ਼ਾਸਨ ਜਾਂ ਕੋਈ ਹੋਰ ਅੰਮ੍ਰਿਤਪਾਲ ਸਿੰਘ ਦੀ ਛਵੀ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਨੈਗੇਟਿਵ ਵੇ ਦੇ ਵਿੱਚ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਕਿਉਂਕਿ ਇੱਕ ਪਾਸੇ ਜੇਲ੍ਹ ਦੇ ਸੁਪਰੀਡੈਂਟ ਦੇ ਵੱਲੋਂ ਇਹ ਲਿਖਿਆ ਜਾਂਦਾ ਹੈ ਅੰਮ੍ਰਿਤਸਰ SSP ਨੂੰ ਕਿ ਉਹਨਾਂ ਦੇ ਵੱਲੋਂ ਅੰਮ੍ਰਿਤਪਾਲ ਸਿੰਘ ਨੂੰ ਕੋਈ ਵੀ ਚੀਜ਼ ਮੁਹੱਈਆ ਨਹੀਂ ਕਰਵਾਈ ਗਈ, ਪਰ ਇਹਨਾਂ ਦਸਤਾਵੇਜ਼ਾਂ ਦੇ ਵਿੱਚ ਸਾਫ ਸਾਫ ਲਿਖਿਆ ਹੋਇਆ ਹੈ ਕਿ ਅੰਮ੍ਰਿਤਪਾਲ ਸਿੰਘ ਅਤੇ ਉਸਦੇ ਸਾਥੀ ਜਿਵੇਂ ਕਿ ਬਾਜੇ ਕੇ ਅਤੇ ਹੋਰ ਪੱਪਲਪ੍ਰੀਤ ਹੋਰਾਂ ਨੂੰ ਇਹ ਚੀਜ਼ਾਂ ਮੁਹੱਈਆ ਕਰਵਾਈਆਂ ਗਈਆਂ, ਜਿਨ੍ਹਾਂ ਦੇ ਵਿੱਚ ਪੈਨ ਡਰਾਈਵ, LCD TV, ਸਮਾਰਟ TV ਇਹ ਸਭ ਕੁਝ ਮੁਹੱਈਆ ਕਰਵਾਇਆ ਗਿਆ। ਹੁਣ ਵੇਖਣਾ ਇਹ ਹੋਵੇਗਾ ਕਿ ਡਿਬਰੂਗੜ੍ਹ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਇਸ ਉੱਤੇ ਕੀ ਪ੍ਰਤੀਕਿਰਿਆ ਦਿੱਤੀ ਜਾਂਦੀ ਹੈ।